भारत सरकार यूट्यूबर को भी दबोचने की तैयारी कर रही है। चलेगा, मैंने 5 साल बाद जब सुप्रीम कोर्ट उसकी सुनवाई करेगी तब तक बहुत देर हो चुकी है। ਸੋਸ਼ਲ ਮੀਡੀਆ ਦੀਆਂ ਵਾਇਰਲ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਬਣੇ ਰਹੋ ਵੀਡੀਓ ਦੇ ਲਾਸਟ ਤੱਕ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਤੇ ਸਰਕਾਰ ਦੀ। ਤੁਸੀਂ ਆਪਣਾ ਪੱਖ ਬਹੁਤ ਆਸਾਨੀ ਦੇ ਨਾਲ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਰੱਖ ਸਕਦੇ ਹੋ, ਪਰ ਆਉਣ ਵਾਲੇ 3-4 ਮਹੀਨਿਆਂ ਬਾਅਦ ਤੁਹਾਡੇ ਤੋਂ ਇਹ ਹੱਕ ਵੀ ਖੋਹ ਲਿੱਤਾ ਜਾਊਗਾ। ਅੱਜ ਤੋਂ 3 ਮਹੀਨੇ ਪਹਿਲਾਂ ਸਰਕਾਰ ਨੇ ਬ੍ਰੌਡਕਾਸਟਿੰਗ ਬਿੱਲ ਲਿਆਂਦੇ, ਜਿਹੜੇ ਯੂਟਿਊਬਰ ਨੇ ਜਾਂ ਕਹਿ ਸਕਦੇ ਹਾਂ ਕਿ ਜਿਵੇਂ ਆਪਣੇ ਕਈ ਵੀਰ ਭਰਾ ਫੇਸਬੁੱਕ ਪੇਜ ਦੇ ਮਾਧਿਅਮ ਦੇ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਨੇ, ਉਹਨਾਂ 'ਤੇ ਇਹਨਾਂ ਬਿੱਲਾਂ ਦਾ ਬਹੁਤ ਮਾੜਾ ਅਸਰ ਪੈ ਸਕਦਾ ਹੈ। उन सभी को ब्रॉडकास्टर नाम का एक पाजामा पहनाया जा रहा है। केवल पत्रकार ही नहीं, कॉमेडियन भी इसके दायरे में आ सकते हैं, और वो लोग भी जो अपने कुकरी शो में दाल पकाते बकाते या बता देते हैं कि 3 काले कानून हैं, ब्रॉडकास्टिंग सर्विसेज रेगुलेशन बिल, टेलीकम्युनिकेशंस एक्ट और डिजिटल पर्सनल डेटा प्रोटेक्शन एक्ट। पर ये बिल तुसी एक बार जरूर पढ़ो, लिंक डिस्क्रिप्शन ਦੇ ਵਿੱਚ ਦਿੱਤਾ ਹੋਇਆ ਹੈ, ਕਿਉਂਕਿ ਜੇਕਰ ਆਪਾਂ ਇਸ ਦੇ ਡੀਪਲੀ ਗੱਲ ਕਰਦੇ ਇਸ ਬਿੱਲਾਂ ਨੂੰ ਲੈ ਕੇ ਤਾਂ ਵੀਡੀਓ ਬਹੁਤ ਜ਼ਿਆਦਾ ਲੌਂਗ ਹੋ ਜਾਣੀ ਹੈ। ਪਰ ਜਿਵੇਂ ਆਪਾਂ ਅੱਜ ਕੱਲ ਪੋਸਟ ਪਾ ਕੇ ਆਪਾਂ ਕਿਸੇ ਮੁੱਦੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰ ਦਿੰਦੇ ਹਾਂ, ਬਾਕੀ ਦੇ ਨਾਲ ਆਪਾਂ ਕਈ ਵਾਰ ਕਿਸੇ ਦੀ ਸਪੋਰਟ ਕਰ ਦਿੰਦੇ ਹਾਂ, ਤਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਾਂ ਨੂੰ ਗਲਤ ਸਾਬਤ ਹੋ ਸਕਦਾ, ਕਿਉਂਕਿ ਸਰਕਾਰ ਨੇ ਜਿਵੇਂ ਮੇਨ ਸਟ੍ਰੀਮ ਮੀਡੀਆ ਆਪਣੇ ਕਬਜ਼ੇ ਦੇ ਵਿੱਚ ਲਿੱਤਿਆ ਹੋਇਆ, ਜਿਸ ਨੂੰ ਆਪਾਂ ਉਹਦੀ ਮੀਡੀਆ ਕਹਿ ਦਿੰਦੇ ਹਾਂ। ਉਸੇ ਤਰ੍ਹਾਂ ਹੁਣ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ਨੇ ਜਿਵੇਂ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਪਲੇਟਫਾਰਮ ਵੀ ਆਪਣੇ ਕਬਜ਼ੇ ਵਿੱਚ ਲੈਣ ਦੀ ਫਿਰਾਕ ਵਿੱਚ ਹੈ। ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਕੁਛ ਵੀ ਪੋਸਟ ਨਹੀਂ ਕਰ ਸਕਦੇ, ਇਸ ਮਾਮਲੇ 'ਤੇ ਕੋਈ ਵਿਚਾਰ ਨਹੀਂ ਕਰ ਰਿਹਾ, ਜਦਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸ 'ਤੇ ਸੋਚਣ 'ਤੇ ਵਿਚਾਰਨ ਦਾ ਸਮਾਂ ਰਹਿੰਦੇ ਹੀ ਇਸ 'ਤੇ ਬੋਲਿਆ ਜਾਵੇ, ਨਹੀਂ ਤਾਂ ਸਰਕਾਰਾਂ ਦੇ ਹੱਥ ਵੱਸ ਇਹ ਸਭ ਕੁਝ ਹੋ ਜਾਣਾ ਹੈ, ਤੇ ਆਮ ਵਿਅਕਤੀ ਹੈ ਜਿਹੜਾ, ਜਿਸਨੂੰ ਕਿ ਆਪਾਂ ਆਪਣੇ ਦੇਸ਼ ਦੇ ਵਿੱਚ ਕਹਿ ਦਿੰਦੇ ਕਿ ਫਰੀਡਮ ਆਫ ਸਪੀਚ, ਆਪਾਂ ਪੂਰੀ ਆਜ਼ਾਦੀ ਦੇ ਨਾਲ ਭਾਰਤ ਦੇ ਵਿੱਚ ਸੰਵਿਧਾਨ ਦੇ ਮੁਤਾਬਿਕ ਪੂਰਾ ਹੱਕ ਹੈ ਕਿ ਆਪਾਂ ਆਪਣਾ ਪੱਖ ਰੱਖ ਸਕੀਏ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪੂਰਾ ਬੰਨਿਆ ਜਾ ਸਕਦਾ। ਸੋ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਦੀ। ਸਿੱਧੂ ਮੂਸੇਵਾਲਾ ਦੇ ਫੈਨਸ ਦੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ, ਕਿਉਂਕਿ ਫਿਰ ਤੋਂ ਆ ਰਿਹਾ ਝੋਟਾ ਧੱਕ ਪਾਉਣ ਦੇ ਲਈ। ਜੀ ਹਾਂ, ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਨਵਾਂ ਗਾਣਾ ਰਿਲੀਜ਼ ਹੋ ਰਿਹਾ, ਜਿਸ ਦਾ ਪੋਸਟਰ ਰਿਲੀਜ਼ ਹੋ ਚੁੱਕਿਆ, ਜੋ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਸੌਂਗ ਦਾ ਟਾਈਟਲ ਹੈ 410। ਇਹ ਸੌਂਗ ਸਭ ਤੋਂ ਵੱਖਰਾ ਦੱਸਿਆ ਜਾ ਰਿਹਾ, ਕਿਉਂਕਿ ਤੁਸੀਂ ਨੇ ਅੱਜ ਤੱਕ ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦੇ ਜਿੰਨੇ ਵੀ ਗਾਣੇ ਸੁਣੇ ਨੇ ਇੱਕ ਤੋਂ ਇੱਕ ਹਿੱਟ ਰਹੇ ਨੇ। ਵਿੱਚ ਦੀ ਸਨੀ ਮਾਲਟਨ ਅਤੇ ਸਿੱਧੂ ਵਿਚਕਾਰ ਮਤਭੇਦ ਵੀ ਹੋਏ, ਪਰ ਅੱਜ ਤੱਕ ਸਿੱਧੂ ਤੇ ਸਨੀ ਮਾਲਟਨ ਨੇ ਜਿੰਨੇ ਵੀ ਗਾਣੇ ਕੀਤੇ ਉਸ ਵਿੱਚ ਕੁਛ ਨਵਾਂ ਦੇਖਣ ਨੂੰ ਮਿਲਿਆ ਤੇ ਕੁਛ ਨਵਾਂ ਸਿੱਖਣ ਨੂੰ ਮਿਲਿਆ, ਇੱਕ ਅਲੱਗ ਹੀ ਵਾਈਬ ਹੁੰਦੀ। ਹੁਣ ਇਹ ਸੌਂਗ ਰਿਲੀਜ਼ ਹੋਣ ਜਾ ਰਿਹਾ, ਤਾਂ ਜਿਵੇਂ ਪਹਿਲਾਂ ਸਿੱਧੂ ਦੇ ਗਾਣਿਆਂ ਨੇ ਵੱਡੇ ਰਿਕਾਰਡ ਤੋੜਿਆ, ਉਮੀਦ ਹੈ ਕਿ ਇਹ ਗਾਣਾ ਵੀ ਵੱਖਰਾ ਰਿਕਾਰਡ ਬਣਾਊਗਾ। ਤੁਹਾਨੂੰ ਕਿੰਨੀ ਕੁ ਵੇਟ ਹੈ ਸਿੱਧੂ ਦੇ ਨਵੇਂ ਗਾਣੇ ਦੀ, ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਵੇਖ ਰਹੇ ਹੋ, ਆਪਣੇ ਪਿੰਡ ਸ਼ਹਿਰ ਦਾ ਨਾਮ ਵੀ ਜ਼ਰੂਰ ਲਿਖਿਓ। ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਜਾਂਦੇ ਜਾਂਦੇ ਆਪਣੇ ਭਰਾ ਨੂੰ ਫੋਲੋ ਵੀ ਜ਼ਰੂਰ ਕਰ ਲਿਓ।